ਜਬ ਦੀਆਂ ਮਰਜ਼ੀਆਂ ਨਵੇਂ ਮੁਹਰਮ ਅਲ ਹਰਾਮ ਦੇ ਸਿਲਸਿਲੇ ਦਾ ਮਰਕਜ਼ੀ ਜਲੂਸ G62 ਦੀ ਇਮਾਮ ਬਾਰਗਾਹ ਅਸਨਾਸ਼ਰੀ ਤੋਂ ਬਰਾਮਦ ਹੋਇਆ, ਜਿਸ ਵਿੱਚ ਤਾਬੂਤ ਅਲਮ ਤੇ ਤਜਵੀਜ਼ ਉਲ ਜਨਾਹ ਸ਼ਾਮਿਲ ਸਨ। ਇਮਾਮ ਹੁਸੈਨ ਨੂੰ ਪੁਰਸਾ ਦੇਣ ਲਈ ਹਜ਼ਾਰਾਂ ਅਜ਼ਾਦਾਰਾਂ ਨੂੰ ਹਖਵਾਨੀ ਤੇ ਸੀਨਾ ਜ਼ਨੀ ਕਰਦੇ ਰਹੇ। ਜਦ ਜਲੂਸ ਲਾਲ ਕੁਆਟਰ ਦੇ ਨੇੜੇ ਪਹੁੰਚਿਆ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਅਜ਼ਾਦਾਰਾਂ ਨੇ ਹੁਸੈਨ ਨੇ ਜ਼ੰਜੀਰ ਜ਼ਨੀ ਕੀਤੀ। ਇਸ ਮੌਕੇ ਤੇ ਮੁਖਤਲਿਫ ਤਬੀ ਇਮਦਾਦ ਦੇ ਕੈਂਪਸ ਤੇ ਤਬੀ ਅਮਲਾ ਅਜ਼ਾਦਾਰਾਂ ਨੇ ਹੁਸੈਨ ਦੀ ਮਰਹਮ ਪੱਟੀ ਕਰਦੇ ਰਹੇ। ਹਕੂਮਤੀ ਔਰ ਦੂਏ ਫਲਾਹੀ ਇਦਾਰਿਆਂ ਦੀ ਐਂਬੂਲੈਂਸਿਸ ਵੀ ਮੌਜੂਦ ਰਹੀਆਂ। ਜਲੂਸ ਵਿੱਚ ਨਿਆਜ਼ ਵੀ ਤਕਸੀਮ ਕੀਤਾ ਜਾਂਦਾ ਰਿਹਾ। ਇਸ ਦੇ ਇਲਾਵਾ ਦੁੱਧ, ਚਾਹ ਔਰ ਪਾਣੀ ਦੀ ਸਬੀਲਾਂ ਵੀ ਲਗਾਈ ਗਈ ਸਨ। ਜਲੂਸ ਵਿੱਚ ਬੱਚੇ, ਬੁੱਢੇ, ਜਵਾਨ ਤੇ ਖਵਾਤੀਨ ਜ਼ੁਲਜਨਾਹ ਨੂੰ ਚੁੰਮਦੇ ਰਹੇ ਔਰ ਬੱਚਿਆਂ ਨੂੰ ਉਮਰ ਦਰਾਜ਼ੀ ਲਈ ਤਜਵੀਜ਼ ਜਨਾਹ ਦੇ ਕਦਮਾਂ ਤਲੋ ਲੰਘਾਉਂਦੇ ਰਹੇ। ਇਸ ਦੌਰਾਨ ਮਗਰਬੈਨ ਮੈਲੋਡੀ ਚੌਕ ਵਿੱਚ ਅਦਾ ਕੀਤੀ ਗਈ। ਜਲੂਸ ਦੇ ਹਵਾਲੇ ਨਾਲ ਹਕੂਮਤੀ ਸਿਕਿਉਰਿਟੀ ਦੇ ਫੁੱਲ ਪਰੂਫ ਇੰਤਜ਼ਾਮਾਤ ਵੇਖਣ ਨੂੰ ਮਿਲੇ। ਜਲੂਸ ਦਾ ਦਾਖਲੀ ਔਰ ਖਾਰਜੀ ਰਾਸਤਾ ਹੇਕੀ ਰੱਖਿਆ ਗਿਆ, ਜਿੱਥੇ ਪੁਲਿਸ ਦੇ ਇਲਾਵਾ ਇਬਰਾਹਿਮ, ਇਮਾਮੀਆ ਔਰ ਹੈਦਰ ਸਕਾਊਟਸ ਨੇ ਵੀ ਸਿਕਿਉਰਿਟੀ ਦੇ ਇੰਤਜ਼ਾਮਾਤ ਸੰਭਾਲੇ ਹੋਏ ਸਨ। ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਦੇ ਤਕਰੀਬਨ 4,000 ਅਹਿਲਕਾਰ ਤਾਇਨਾਤ ਕੀਤੇ ਗਏ ਸਨ ਔਰ ਜਲੂਸ ਦੇ ਨਾਲ ਤਮਾਮ ਛੋਟੀ ਵੱਡੀ ਗਲੀਆਂ ਨੂੰ ਪੁਲਿਸ ਅਹਿਲਕਾਰਾਂ ਨੇ ਖਾਰਦਾਰ ਤਾਰਾਂ ਤੇ ਤੰਬੂਆਂ ਦੇ ਜ਼ਰੀਏ ਬੰਦ ਕੀਤਾ ਹੋਇਆ ਸੀ। ਸਿਕਿਉਰਿਟੀ ਦੇ ਹਵਾਲੇ ਨਾਲ ਆਈ ਜੀ ਇਸਲਾਮਾਬਾਦ ਨੇ ਆਪਣਾ ਨਿਊਜ਼ ਨਾਲ ਗੱਲ ਕਰਦੇ ਕਿਹਾ, ਮੈਂ 3 ਲੇਅਰਸ ਲਗਾਈਆਂ, ਇੱਕ ਇਨਰ ਕਾਰਡਨ ਹੈ, ਇੱਕ ਮਿਡਲ ਹੈ, ਇੱਕ ਆਊਟਰ ਕਾਰਡਨ ਹੈ। ਰੂਫ ਟਾਪਸ ਜੋ ਹੈ ਉਹ ਕਵਰ ਹੋਏ ਹੋਏ ਹਨ, ਤਮਾਮ ਗਲੀਆਂ ਪਲੱਗ ਹੈ। ਰੇਂਜਰਸ ਪੁਲਿਸ ਜੋ ਹੈ ਮੁਸ਼ਤਰਕਾ ਡਿਊਟੀ ਇਸ ਪਰ ਸਰ ਅੰਜਾਮ ਦੇ ਰਹੀ ਹੈ। ਸ਼ਾਮ ਕੇ ਵਕਤ ਏਰੀਅਲ ਜੋ ਹੈ ਇਸਕੀ ਮੋਨੀਟਰਿੰਗ ਕੀ ਗਈ ਹੈ। ਹਕੂਮਤੀ ਦਾਅਵਿਆਂ ਤੋਂ ਕਤਹ ਨਜ਼ਰ, ਬਾਜ਼ ਅਹਲੇ ਤਸ਼ਹੀਦ ਰਹਿਨੁਮਾਵਾਂ ਤੇ ਇੰਤਜ਼ਾਮੀਆਂ ਦਾ ਮਿਲਾ ਜੁਲਾ ਰੱਦ ਅਮਲ ਨਜ਼ਰ ਆਇਆ। ਸਿਕਿਉਰਿਟੀ ਕੇ ਇੰਤਜ਼ਾਮਾਤ ਅਲੱਗ ਚੀਜ਼ ਹੈ ਔਰ ਸੰਗੀਨੋ ਕੇ ਸਾਏ ਮੇਂ ਔਰ ਕਰਫਿਊ ਕੇ ਆਲਮ ਮੇਂ ਔਰ ਮੁਹਾਸਰੇ ਕੇ ਅੰਦਰ ਆਜ਼ਾਦਾਰੀ ਕਾਬਿਲ ਕਬੂਲ ਨਹੀਂ ਹੈ। ਹਮੇ ਮੁਲਕ ਆਜ਼ਾਦ, ਮੁਲਕ ਕੇ ਆਜ਼ਾਦ ਸ਼ਹਿਰੀ ਹੈ, ਆਜ਼ਾਦਾਰੀ ਸ਼ਹਿਰੀ ਹਕੂਕ ਕਾ ਮਸਲਾ ਹੈ, ਸ਼ਹਿਰੀ ਆਜ਼ਾਦੀਆਂ ਕਾ ਮਸਲਾ ਹੈ। ਸ਼ਹਿਰੀ ਆਜ਼ਾਦੀਆਂ ਇਸ ਅੰਦਾਜ਼ ਮੇਂ ਲੋਕੋਂ ਕੋ ਫਰਾਹਮ ਕਰਨਾ ਯਹ ਰਿਆਸਤ ਕੀ ਬਦਤਰੀਨ ਨਾਕਾਮੀ। ਬਿਲਕੁਲ ਮੁਤਮਈਨ ਹੈ ਔਰ ਬੜੀ ਖਿਦਮਤ ਔਰ ਸਹੀ ਅੰਜਾਮ ਦੇ ਰਹੇ ਹੈ। ਮਿਹਨਤ ਸੇ ਸੁਬਾਹ ਸੇ ਪੁਲਿਸ ਵਾਲੇ ਬਰਾਬਰ ਖੜੇ ਹੋਏ ਹੈ, ਹਰ ਇੱਕ ਕੋ ਚੈੱਕ ਵੀ ਕਰ ਰਹੇ ਹੈ ਔਰ ਬੜੀ ਉਸਮੇ ਹਕੂਮਤ ਕੀ ਬਹੁਤ ਬੜੀ ਸਪੋਰਟ ਹੈ ਹਮੇ। ਰਹਿਮਾਨ ਮਲਿਕ ਸਾਹਿਬ ਉਹ ਵੀ ਆਏ ਸਨ ਮਸਜਿਦ ਵਿੱਚ, ਮਜਲਿਸ ਦੇ ਵਿੱਚ, ਤੇ ਸਕਿਉਰਿਟੀ ਖੁਦ ਆ ਕੇ ਚੈੱਕ ਕਰ ਰਹੀ ਹਨ। ਮਾਸ਼ਾਅੱਲਾ, ਠੀਕ, ਅੱਛਾ ਅਰੇਂਜਮੈਂਟ ਕੀਤਾ। ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਹਦੀਸ ਮੁਬਾਰਕ ਹੈ ਕਿ ਮੈਂ ਹੁਸੈਨ ਚੂਹਾਂ ਔਰ ਹੁਸੈਨ ਮੁਝ ਚੂ ਮੇਰੇ ਅੰਦਰ, ਔਰ ਜਿਹੜਾ ਹੁਸੈਨ ਕੀ ਦੋਸਤ ਰੱਖੇਗਾ ਉਹ ਮੈਨੂੰ ਦੋਸਤ ਰੱਖੇਗਾ। ਜਲੂਸ ਆਪਣੇ ਮੁਕਰਰ ਰਸਤਿਆਂ ਤੋਂ ਹੁੰਦਾ ਹੋਇਆ ਵਾਪਸ ਇਮਾਮ ਬਾਰਗਾਹ ਹਸਨਾਸ਼ਰੀ ਪਹੁੰਚ ਕੇ ਇਖਤਿਤਾਮ ਪਜ਼ੀਰ ਹੋਇਆ। ਮੁਕਰਰੀਨ ਦੇ ਮੁਤਾਬਿਕ ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦੀ ਸ਼ਹਾਦਤ, ਹਜ਼ਰਤ ਇਸਮਾਈਲ ਅਲੈਹਿ ਸਲਾਮ ਦੀ ਕੁਰਬਾਨੀ ਦਾ ਇੱਕ ਸਿਲਸਿਲਾ। ਕੈਮਰਾਮੈਨ ਤਨਵੀਰ ਅਸਲਮ ਦੇ ਨਾਲ ਤਾਹਿਰ ਡਾਰ, ਆਪਣਾ ਨਿਊਜ਼ ਇਸਲਾਮਾਬਾਦ।